बिल्कुल लॉन्ग हॉल ट्रकिंग कहते भी क्लाइमेट फ्रेंडली होने जा रहा है। सब तो ज्यादा गैस अमिशन ग्रीन हाउस कह रहा है, गैस अमिशन हाईवेज के उत्ते होंगे, हाईवे ट्रांसपोर्टेशन पर ही होंदिया है। सो बहुत सारिया कंपनियां जिस तरह दसिया, एक स्टार्टअप कंपनी हैगी है क्लीयर फ्लेम इंजन टेक्नोलॉजी, उन्होंने एक माइलस्टोन सैटअप किया है, कार्बन अमिशन प्रोफाइल ऑफ क्लास 8 हैवी ट्रक सैक्टर का। ये जो एग्जिस्टिंग डीजल इंजन आ उन्होंने अलाउ करता पी लो कार्बन फ्यूल बर्न करने के, इनकलूडिंग बायो एथनल। सो बख बख तरह की इसे तरह रिवीवा करके कंपनियां वेंडर है इन कारपोरेशन गूगल होर इदा दिन कंपनियां तो आप देखिया ही है। सो बहुत वीडी पद्धर के उत्ते जो काम आ ट्रकिंग इंडस्ट्री को चेंज करने के, चाहे वह आटोनोमस हैगा जां इलैक्ट्रिक इलेक्ट्रिक आ, इधर नू चल रहा है। जी। सो सोते तुसी भी अपने कॉल अपने विचार जिहड़े उह सांझे कर सकते हैं इंडस्ट्री किस पासे वल नूं जिहड़ा रुख इसका हैगा आ। सो उहदे लई कॉल करन दे लई नंबर है 408-272-5500, जिन्हां दीआं कॉल्स ड्रॉप हो गईआं मुड़ के दुबारा जिहड़े उह कॉल कर सकते ने 408-272-5200 इस नंबर दे उत्ते कॉल करके तुसी अपने विचार जिहड़े उह जरूर सांझे जिहड़े कर सकते हैं। सो जे आपां ऑटोनोमस दी होई गल करते जाइए, ये जिहड़े इलैक्ट्रिक ट्रक जदों तुसी वॉल्वो दी रमन जी जां जदों तुसी इन्हां मैनुफैक्चरर्स दे नाल कदी गल कीती, उन्होंने दस्सिया भी इहदी उहदा कीमत कित्थे तक हो सकदी है जिहड़े ऑटोनोमस ट्रक जिहड़े होणगे? इलैक्ट्रिक दी तां आपां देख रहे हां वी 3 to 4 lakh dollar तक दा जिहड़ा ट्रक आ उह दसते सीगे। सो की उन्होंने ऑटोनोमस दे राइट नो आई नो अजे टेस्टिंग फेज दे विच आ, पर कितने कभी कोई आया भी इसकी वैल्यू कितने तक इन्होंने सोची है होगी? ਨੇ ਅਜੇ ਜਿਹੜੀਆਂ ਵੈਲਿਊਜ਼ ਹੈਗੀਆਂ ਹੈਗੀਆਂ ਡੈਫੀਨੇਟਲੀ ਕਿਸੇ ਨੇ ਕੋਈ ਵੀ ਇਹਦੀ ਹਵਾ ਨਹੀਂ ਕੱਢੀ ਹੈਗੀ ਕਿ ਇਹਦੀ ਕਿੰਨੀ ਕੁ ਪ੍ਰਾਈਸ ਹੋਊਗੀ ਜਾਂ ਕੀ ਹੋਊਗਾ ਇਹਦਾ ਕੀ ਨਹੀਂ ਹੋਊਗਾ। ਈਵਨ ਜਿਹੜੇ ਇਲੈਕਟ੍ਰਿਕ ਟਰੱਕ ਹੈਗੇ ਉਹ ਵੀ ਸਾਡੇ ਜਿਹੜੇ ਰਿਸੋਰਸਿਸ ਹੁੰਦੇ ਉਹਨਾਂ ਦੇ ਥਰੂ ਪਤਾ ਲੱਗਦਾ ਹੈਗਾ। ਜੇ ਮੈਨੂਫੈਕਚਰ ਗਏ ਤੇ ਮੈਨੂਫੈਕਚਰ ਵੱਲੋਂ ਕੋਈ ਐਸਾ ਨਹੀਂ ਤੁਹਾਨੂੰ ਲਿੰਕ ਦਿੱਤਾ ਜਾਂਦਾ, ਐਸਾ ਤੁਹਾਨੂੰ ਨਹੀਂ ਦਿੱਤਾ ਜਾਂਦਾ ਦੱਸਿਆ ਜਾਂਦਾ ਅਜੇ ਤੱਕ ਕੁਛ ਵੀ। ਪਰ ਜਿਹੜੇ ਇਹ ਆਪਣੇ ਹੈਗੇ ਆ ਆਟੋਨੋਮਸ ਹੈਗੇ ਆ ਉਹ 'ਤੇ ਤਾਂ ਡੈਫੀਨੇਟਲੀ ਕਿਹੜੇ ਪਾਸੇ ਵੱਲ ਨੂੰ ਜਿਹੜੀ ਇਹ ਚੀਜ਼ ਜਿਹੜੀ ਉਹ ਵੱਧ ਰਹੀ ਹੈਗੀ ਆ। ਹੁਣ ਰੀਸੈਂਟਲੀ ਮੈਂ ਦੇਖ ਰਿਹਾ ਵੀ ਬਹੁਤ ਸਾਰੇ ਜਿਹੜੇ ਆਰਟੀਕਲਸ ਨਾ ਇਸ ਦੇ ਉੱਤੇ ਛਪਣੇ ਸ਼ੁਰੂ ਹੋ ਗਏ ਆ ਵੀ ਵਾਈ ਆਟੋਨੋਮਸ ਟਰੱਕਿੰਗ ਵਿਲ ਸੂਨ ਬੀ ਰਿਐਲਿਟੀ। ਅੱਜ ਤੋਂ ਕੁਛ ਕੁ ਮਹੀਨੇ ਪਹਿਲਾਂ ਆਪਾਂ ਜਿਹੜੇ ਫਰੀਟ ਵੇਵਸ ਦੇ ਕੁਛ ਆਰਟੀਕਲ ਉਹਨਾਂ ਦੇ ਸੀਈਓ ਨੇ ਲਿਖੇ ਸੀਗੇ ਵੀ ਟਰੱਕਿੰਗ ਦੇ ਵਿੱਚ ਬਲੱਡ ਬਾਥ ਹੋਣ ਵਾਲਾ ਆ, ਅਤੇ ਉਦੋਂ ਲੋਕ ਆਪਾਂ ਨੂੰ ਰਮਨ ਜੀ ਹਜੋ ਜੀ ਕਹਿੰਦੇ ਸੀਗੇ ਵੀ ਤੁਸੀਂ ਜਾਣ ਕੇ ਡਰਾਉਂਦੇ ਆ, ਅਤੇ ਉਹ ਰਿਐਲਿਟੀ ਹੋਈ। ਆਪਾਂ ਦੇਖਿਆ ਵੀ ਵਾਕਿਆ ਬਲੱਡ ਬਾਥ ਆਪਾਂ ਟਰੱਕਿੰਗ ਦੇ ਵਿੱਚ ਜਿਹੜਾ ਉਹ ਦੇਖਿਆ ਵੀ ਹੋਇਆ ਕੀ ਆ। ਸੋ ਇਹ ਆਪਾਂ ਕਹਿੰਦੇ ਜਾਈਏ ਨਾ ਵੀ ਯਾਰ ਇਹ ਨਹੀਂ ਹੋ ਸਕਦਾ, ਉਹ ਕਿੱਦਾਂ ਚਲਾਊਗਾ, ਹਿੱਲ 'ਤੇ ਕਿੱਦਾਂ ਚੜੂਗਾ, ਉਹ ਕਿੱਦਾਂ ਹੋਊਗਾ, ਭਾਈ ਉਹਨਾਂ ਦੇ ਕੋਲ ਡਾਟਾ ਆ ਰਿਹਾ ਆ, ਉਹਨਾਂ ਨੇ ਡਾਟਾ ਤੋਂ ਹੀ ਜਿਹੜੇ ਕੰਪਿਊਟਰਸ ਨੂੰ ਦੱਸਣਾ ਵੀ ਇੱਦਾਂ ਕਰਨਾ, ਇੱਦਾਂ ਕਰਨਾ, ਇੱਥੇ ਆ ਹੋਊਗਾ, ਉਹ ਹੋਊਗਾ, ਆਰਟੀਫਿਸ਼ਲ ਇੰਟੈਲੀਜੈਂਸ ਨਾਲ ਜਿਹੜੀ ਉਸ ਦੇ ਵਿੱਚ ਐਡ ਹੋ ਰਹੀ ਆ। ਸੋ ਇਹ ਆ ਲੋਕ ਤਾਂ ਟਿਕਟੋਕ ਬਣਾਉਣ ਦੇ ਵਿੱਚ ਰੀਲਸ ਬਣਾਉਣ 'ਚ ਬਿਜ਼ੀ ਆ, ਉਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਉਹਨਾਂ ਦੇ ਸਟੇਅਰਿੰਗ ਕਦੋਂ ਹੱਥੋਂ ਨਿਕਲ ਗਿਆ, ਫਿਰ ਟਿਕਟੋਕ 'ਤੇ ਰੀਲਸ ਹੀ ਬਣਾਉਂਦੇ ਨਾ ਵਿਚਾਰੇ ਕਿਤੇ ਰਹਿ ਜਾਣ। ਸੋ ਭਾਈ ਆਪਾਂ ਨੂੰ ਇੰਡਸਟਰੀ ਦੇ ਨਾਲ ਨਾਲ ਚੇਂਜ ਹੋਣਾ ਪੈਣਾ ਆ। ਸੋ ਇਹ ਸਾਰੀਆਂ ਚੀਜ਼ਾਂ ਆ, ਅਤੇ ਆਪਣੇ ਨਾਲ ਕੁਛ ਕਾਲਰ ਜੁੜੇ ਆਪਾਂ ਉਹਨਾਂ ਦੀ ਵੀ ਗੱਲ ਕਰਦੇ ਹਾਂ, ਅਤੇ ਫਿਰ ਹਰਜੋਤ ਜੀ ਇੰਸ਼ੋਰੈਂਸ ਦੇ ਪੱਖ ਤੋਂ ਵੀ ਤੁਹਾਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਵੀ ਉਹਦੇ ਵਿੱਚ ਕੀ ਹੋਊਗਾ ਉਹਨਾਂ ਕੰਪਨੀਆਂ ਦੇ ਲਈ, ਕੀ ਤੁਸੀਂ ਵੀ ਜਾਂ ਫਿਰ ਅਜਿਹੇ ਇੰਸ਼ੋਰੈਂਸ ਦੇ ਨਾਲ ਕੰਪਨੀਆਂ ਦੇ ਨਾਲ ਗੱਲ ਕਰਕੇ ਪੁੱਛੋ ਵੀ ਭਾਈ ਆਟੋਨਮਸ ਟਰੈਕਿੰਗ 'ਚ ਤੁਸੀਂ ਕੀ ਸੋਚਦੇ ਆ, ਕਿੱਧਰ ਨੂੰ ਕੀ ਚੀਜ਼ ਜਿਹੜੀ ਉਹ ਜਾਊਗੀ? ਅਤੇ ਇੱਕ ਆਪਾਂ ਪਹਿਲਾਂ ਕਾਲਰ ਲੈ ਲੈਂਦੇ ਹਾਂ, ਗੁਰਵਿੰਦਰ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਮੈਂ ਰਾਮਨ ਜੀ ਨਾਲ ਵੀ ਗੱਲ ਕੀਤੀ ਸੀ ਫੋਨ ਤੇ, ਇਹਨਾਂ ਨਾਲ ਵੀ ਸ਼ੇਅਰ ਕੀਤੀ ਸੀ ਜਿਹੜਾ ਮੇਰੇ ਨਾਲ ਰੀਸੈਂਟਲੀ ਹੈਪਨ ਹੋਇਆ ਵੀ ਉਹ ਮੇਰੀ ਆਇਡੈਂਟੀ ਚੋਰੀ ਕਰਕੇ ਉਹਨਾਂ ਨੇ ਲੋਡ ਬੁੱਕ ਕੀਤਾ। ਹਾਂਜੀ ਹਾਂਜੀ। ਉਹਦਾ ਕੋਈ ਸੋਲੂਸ਼ਨ ਨਹੀਂ ਹੋਇਆ ਜੀ ਹਜੇ ਤੱਕ, ਤੇ ਉਹਨਾਂ ਨੇ ਉਦੋਂ ਬਾਅਦ ਦੇ ਵਿੱਚ ਇੱਕ ਵਾਰੀ ਹੋਰ ਲੋਡ ਚੱਕ ਲਿਆ, ਉਹ ਵੀ ਆਪਣੇ ਫਿਰ ਉਹਨਾਂ ਦੀ ਜਦੋਂ ਮੈਨੂੰ ਈਮੇਲ ਆਈ ਸਾਰੀ ਡਿਟੇਲ ਆਈ ਵੀ ਆਹ ਬੰਦੇ ਨੇ, ਉਹ ਵੀ ਆਪਣਾ ਪੰਜਾਬੀ ਵੀਰ ਸੀ ਜਿਹਨੂੰ ਉਹਨੇ ਗਾਹਾਂ ਮੇਰੀ ਐਮ ਸੀ ਦੇ ਲੋਡ ਚੱਕ ਕੇ ਬ੍ਰੋਕਰਾਂ ਦੇ ਤੇ ਪੰਜਾਬੀ ਬਾਈ ਨੂੰ ਦਿੱਤਾ ਤੇ ਕ੍ਰੋਸ ਡੋਕ ਕਰਾਇਆ ਉਹਨੇ। ਚਲੋ ਉਹਦੀ ਵੀ ਵਿਚਾਰੇ ਦੀ ਹੁਸ਼ਿਆਰੀ ਸੀਗੀ, ਉਹਨੇ ਉਹਨਾਂ ਦੇ ਲੋਡ ਬਚਾ ਦੇ ਦੋ ਟਾਇਰਾਂ ਦੇ, ਪਰ ਸੋਲਰ ਵਾਲਾ ਇੱਕ ਲੋਡ ਗਿਆ।
ਪਰ ਹੁਣ ਮੈਨੂੰ ਕਹਿ ਰਿਹਾ ਪੁਲਿਸ ਰਿਪੋਰਟ ਕਰੋ, ਮੈਨੂੰ ਸਮਝ ਨਹੀਂ ਆਉਂਦੀ ਵੀ ਕਿੱਥੇ ਕਰਨੀ ਆ, ਕੋਈ ਹੈ ਸੋਲੂਸ਼ਨ ਇਹ ਚੀਜ਼ ਦਾ? ਤੁਹਾਡੇ ਸਿਰ ਪਾਉਣਾ ਚਾਹੁੰਦੇ ਜਾਂ ਫਿਰ ਇਦਾਂ ਆ ਮੈਨੂੰ ਲੱਗਦਾ? ਹਾਂਜੀ ਮੈਂ ਉਹ ਜਿਹੜੇ ਪੰਜਾਬੀ ਬਾਈ ਨੇ ਆਪਣੇ ਨੇ, ਹਾਂਜੀ ਜਾਣ ਵੀ ਇਹ ਮਸਲਾ ਸੁਲਝਾਉਣ ਦੇ ਲਈ ਇਹਨਾਂ ਦਾ ਜਿਹੜਾ ਇਹ ਪਿਆ ਆ ਵੀ ਕਿਹਦੇ ਨਾਲ ਇਹਨਾਂ ਨੂੰ ਐਕਚੁਅਲ ਚ ਗੱਲ ਕਰਨੀ ਪੈਣੀ ਆ, ਤੁਸੀਂ ਕਰਕੇ ਦੇਖਿਓ ਸਾਰਿਆਂ ਦੇ ਨਾਲ ਗੱਲਬਾਤ, ਡੀਓਟੀ ਵਾਲੇ ਵੀ, ਐਫਐਮਸੀਐਸਏ ਵੀ, ਪੁਲਿਸ ਵਾਲਿਆਂ ਨਾਲ ਵੀ, ਸੀਐਚਪੀ ਵਾਲਿਆਂ ਨਾਲ ਵੀ, ਵੀ ਜਦੋਂ ਇਹ ਮਸਲਾ ਬਣੇ ਤਾਂ ਫਿਰ ਜਾਣਾ ਕਿੱਧਰ ਆ ਵੀ ਭਾਈ ਉਹ ਬੰਦਾ ਕਰੇ ਤਾਂ ਕਰੇ। ਸੀਐਚਪੀ ਦੇ ਆਫਿਸ ਗਿਆ, ਮੈਂ ਕਿਹਾ ਵੀ ਮੇਰੇ ਨਾਲ, ਮੈਂ ਉਹਨਾਂ ਨੂੰ ਸਾਰੀ ਚੀਜ਼ ਦੱਸੀ, ਉਹ ਮੈਨੂੰ ਕਹਿੰਦੇ ਤਾਂ ਮਸਲਾ ਫਿਰ ਪੈਂਦਾ, ਕਹਿੰਦੇ ਤੁਸੀਂ ਅਸੀਂ ਤੁਹਾਡੀ ਕੋਈ ਹੈਲਪ ਕਰ ਨਹੀਂ ਸਕਦੇ, ਵੀ ਜੇ ਤੇਰਾ ਕੋਈ ਲੋਡ ਰੋਡ ਤੇ ਚੱਕੀ ਜਾਂਦਾ, ਤੇਰੇ ਕੋਈ ਚੋਰੀ ਕਰੀ ਜਾਂਦਾ ਤਾਂ ਸਾਨੂੰ ਦੱਸ, ਉਹਦਾ ਅਸੀਂ ਹੱਲ ਕਰ ਦਿੰਦੇ ਹਾਂ, ਵੀ ਇਹ ਤਾਂ ਹੁਣ ਸਾਡਾ ਤਾਂ ਮਸਲਾ ਹੈ ਨਹੀਂ ਹੈ, ਵੀ ਇਹ ਤਾਂ ਆਈਡੈਂਟੀ ਤੇਰੀ ਕਿਸੇ ਨੇ ਹੋਰ ਯੂਜ਼ ਕੀਤੀ ਆ, ਉਹਨੇ ਕਹਾ ਕਿਸੇ ਨੂੰ ਹੋਰ ਹਾਇਰ ਕੀਤਾ, ਹੋਰ ਵੀ ਸਾਡਾ ਤਾਂ ਮਸਲਾ ਹੀ ਨਹੀਂ। ਇਹ ਫਰਾਡ ਦਾ ਕੇਸ ਹੈਗਾ ਆ ਜੀ, ਫਰਾਡ ਦਾ ਕੇਸ ਹੈ, ਇਹ 'ਚ ਸੀਐਚਪੀ ਨੇ ਕੁਛ ਨਹੀਂ ਕਰਨਾ ਹੈਗਾ, ਐਫਐਮਸੀਐਸਏ ਨੂੰ ਤੁਸੀਂ ਨੋਟੀਫਾਈ ਕਰ ਸਕਦੇ ਤੁਹਾਡੀ ਐਮਸੀ ਜਿਹੜੀ ਆ ਉਹ ਮਿਸਯੂਜ਼ ਹੋ ਰਹੀ ਆ, ਐਫਐਮਸੀਐਸਏ ਨੂੰ ਇਹ ਨੋਟੀਫਿਕੇਸ਼ਨ ਕਰ ਸਕਦੇ, ਪਰ ਐਫਐਮਸੀਐਸਏ ਉੱਤੇ ਕੀ ਕਰੂਗੀ ਇਹ ਨਹੀਂ ਕਹਿ ਸਕਦੇ। ਜਿਹੜੀ ਥਰਡ ਪਾਰਟੀ ਹੈਗੀ ਜਿਹਨੇ ਵੀ ਕੋਈ ਲੋਡ ਚੱਕ ਰਿਹਾ ਹੈਗਾ, ਕਰ ਰਿਹਾ ਹੈਗਾ, ਉਹ ਫਰਾਡ ਦਾ ਕੇਸ ਹੈਗਾ। ਸੋ ਇਹਦੇ ਵਿੱਚ ਸੀਐਚਪੀ ਨੇ ਵੀ ਕੁਛ ਨਹੀਂ ਕਰਨਾ ਹੈਗਾ ਤੇ ਹੋਰ ਕਿਸੇ ਪਾਰਟੀ ਨੇ ਵੀ ਡੈਫੀਨੇਟਲੀ ਕੁਛ ਨਹੀਂ ਕਰਨਾ। ਮੇਰੇ ਨਾਂ ਦੇ ਲੋਡ ਅਜੇ ਕੁਛ ਚਿਰ ਲਈ ਨਾ ਚੱਕ ਹੋਵੇ ਜਾਂ ਕੁਛ ਹੋਵੇ, ਏਦਾਂ ਦੀ ਚੀਜ਼ ਵੀ ਕੋਈ ਅਵੇਲੇਬਲ, ਕੋਈ ਏਦਾਂ ਦੀ ਸਰਵਿਸ ਹੁੰਦੀ ਆ? ਤੁਸੀਂ ਔਨ ਬੋਰਡ ਕਰਵਾ ਸਕਦੇ ਆਪਣੀ ਐਮਸੀ ਨੂੰ, ਔਨ ਬੋਰਡ ਤੁਸੀਂ ਐਮਸੀ ਨੂੰ ਜਿਹੜੀ ਹੈ ਨਾ ਉਹਨੂੰ ਤੁਸੀਂ ਇਨਐਕਟੀਵੇਟ ਕਰਵਾ ਸਕਦੇ ਆ, ਪਰ ਉਹਦੇ ਚ ਪ੍ਰੋਬਲਮ ਹੁੰਦੀ ਹੈ ਕਿ ਐਕਟੀਵੇਟ ਟਾਈਮ ਲੱਗਦਾ ਹੈਗਾ, ਇਸ ਕਰਕੇ ਇਨਐਕਟੀਵੇਟ ਕਰਵਾਉਣਾ ਕਰਨਾ ਇਸ ਤਰ੍ਹਾਂ ਔਖਾ ਲੱਗਦਾ, ਪਰ ਇਹ ਫਰੋਡ ਦਾ ਕੇਸ ਹੈਗਾ। ਸੋ ਬੇਸਿਕਲੀ ਜਿੱਥੇ ਵੀ ਫਰੋਡ ਦੀ ਗੱਲ ਆਉਂਦੀ ਹੈ ਸੋ ਉੱਥੇ ਕੇਸਿਸ ਫਾਇਲ ਹੋ ਸਕਦੇ ਆ, ਇੱਦਾਂ ਦੀ ਕੋਈ ਚੀਜ਼ ਹੋ ਸਕਦੀ ਹੈ, ਪਰ ਜੇ ਕੋਈ ਏਜੰਸੀ ਕਹੀ ਆਪਾਂ ਕੁਛ ਕਰਦੀ ਹੈ ਤਾਂ ਡੈਫੀਨੇਟਲੀ ਮੇਰੇ ਖਿਆਲ ਦੀ ਇੱਦਾਂ ਦਾ ਕੁਛ ਹੋ ਸਕਦਾ ਨਹੀਂ ਹੋਣਾ। ਸੋ